ਬੇਸਿਕ ਰਿਕਰੂਟਸ ਕੋਰਸ ਬੈਚ ਨੰਬਰ ਦੇ 258 ਇੰਟੈਲੀਜੈਂਸ ਆਈਟੀ ਅਤੇ TSPU ਅਤੇ ਜ਼ਿਲ੍ਹਾ ਕੇਡਰ ਦੀ ਪਾਸਿੰਗ ਆਊਟ ਪਰੇਡ PRTC ਜਹਾਨਖੇਲਾ ਵਿਖੇ ਕਰਵਾਈ ਗਈ। ਇਸ ਦੌਰਾਨ ਪੰਜਾਬ ਪੁਲਿਸ ਅਕੈਡਮੀ ਫਲੋਰ ਦੇ DIG ਕਮ ਜੁਆਇੰਟ ਡਾਇਰੈਕਟਰ ਸ਼੍ਰੀ ਗੁਰਸ਼ਰਨ ਸਿੰਘ ਸੰਧੂ IPS ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਪਰੇਡ ਦਾ ਨਿਰੀਖਣ ਕਰਨ ਤੋਂ ਬਾਅਦ ਇੱਕ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਪਰੇਡ ਵਿੱਚ 412 ਰਿਕਰੂਟਸ ਸ਼ਾਮਲ ਹੋਏ। ਮੁੱਖ ਮਹਿਮਾਨ ਸ਼੍ਰੀ ਗੁਰਸ਼ਰਨ ਸਿੰਘ ਨੇ ਪਾਸ ਆਊਟ ਹੋ ਕੇ ਜਾ ਰਹੇ ਸਿੱਖਿਆਰਥੀਆਂ ਨੂੰ ਲੋਕ ਸੇਵਾ ਦੇ ਸੰਕਲਪ ਹਿੱਤ ਜਾਣੂ ਕਰਵਾਇਆ। ਵਿਸ਼ੇਸ਼ ਰਿਪੋਰਟ ਹੁਸ਼ਿਆਰਪੁਰ ਨਿਊਜ਼ ਦੇ ਨਾਲ ਸਤੀਸ਼ ਸ਼ਰਮਾ, ਨਰੇਸ਼ ਸਾਬਾ। ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਪੁਲਿਸ ਦਾ ਪੁਲਿਸ ਸੁਰੱਖਿਅਤ ਹੱਥਾਂ ਵਿੱਚ ਹੈ। ਸਿਖਲਾਈ ਦੌਰਾਨ ਇਹਨਾਂ ਟ੍ਰੇਨਿੰਗ ਨੇ ਭਰਪੂਰ ਮਿਹਨਤ ਕੀਤੀ ਅਤੇ ਸਿਖਲਾਈ ਦੇ ਹਰ ਪਹਿਲੂ ਵਿੱਚ ਨਿਪੁੰਨਤਾ ਹਾਸਲ ਕੀਤੀ ਹੈ। ਇਸ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਪਰੇਡ ਦੀ ਕਾਰਗੁਜ਼ਾਰੀ ਦੇ ਰੂਪ ਵਿੱਚ ਪਰੇਡ ਵੱਲੋਂ ਅੱਜ ਦੇ ਮੁੱਖ ਮਹਿਮਾਨ ਜੀ ਨੂੰ ਬਹੁਤ ਹੀ ਸ਼ਾਨਦਾਰ ਸਲਾਮੀ ਤੋਂ ਬਾਅਦ ਪਰੇਡ ਕਮਾਂਡਰ ਨਿਰੀਖਣ ਦੀ ਕਾਰਵਾਈ ਦੀ ਆਗਿਆ ਲੈਣ ਲਈ ਮੰਚ ਵੱਲ ਨੂੰ ਵੱਧਦੇ ਹੋਏ ਆਪਣੀ ਪੇਸ਼ਵਰਾਨਾ ਜ਼ਿੰਦਗੀ ਦੇ ਦੌਰਾਨ ਆਪਣੇ ਮਨ ਦੇ ਵਿੱਚ ਵਸਾਈ ਰੱਖਣੀ ਚਾਹੀਦੀ ਹੈ। ਅੱਜ ਦਾ ਜੋ ਹਿੰਦੁਸਤਾਨ ਦੇ ਵਿੱਚ ਡੈਮੋਕ੍ਰੇਟਿਕ ਸਮਾਜ ਹੈ ਉਸ ਦੀਆਂ ਪੁਲਿਸ ਤੋਂ ਬਹੁਤ ਹੀ ਜ਼ਿਆਦਾ ਤਵੱਕਵਾਤ ਹਨ। ਪੁਲਿਸ ਇੱਕ ਸੇਵਾ ਹੈ ਔਰ ਜੋ ਇੱਕ ਹੁਕਮਰਾਨਾ ਧਾਰਨਾ ਪੁਰਾਣੇ ਸਮੇਂ ਦੇ ਵਿੱਚ ਕਦੇ ਪੁਲਿਸ ਦੇ ਨਾਲ ਜੁੜੀ ਹੋਇਆ ਕਰਦੀ ਸੀ ਉਸ ਨੂੰ ਆਪਣੇ ਮਨ ਦੇ ਵਿੱਚੋਂ ਕੱਢ ਕੇ ਪੂਰੀ ਸੇਵਾ ਔਰ ਸਮਰਪਣ ਦੀ ਭਾਵਨਾ ਨਾਲ ਸਮਾਜ ਵਿੱਚ ਵਿਚਰ ਕੇ ਸਾਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਬਣਦੀ ਹੈ। ਅੱਜ ਜੋ ਸਾਡਾ ਰਿਕਰੂਟ ਕਾਂਸਟੇਬਲ ਹੈ ਉਸ ਦਾ ਐਜੂਕੇਸ਼ਨ ਵਿਸ਼ੇਸ਼ ਦਿਹਾੜਾ ਹੈ ਕਿ ਸ਼੍ਰੀ ਗੁਰਸ਼ਰਨ ਸਿੰਘ ਸੰਧੂ IPS DIG ਕਮ ਜੁਆਇੰਟ ਡਾਇਰੈਕਟਰ ਪੰਜਾਬ ਪੁਲਿਸ ਅਕੈਡਮੀ ਉਚੇਚੇ ਤੌਰ ਤੇ ਇਸ ਪਾਸਿੰਗ ਆਊਟ ਵਿੱਚ ਸਾਡਾ ਮਨੋਬਲ ਅਤੇ ਉਤਸ਼ਾਹ ਵਧਾਉਣ ਲਈ ਇੱਥੇ ਪਹੁੰਚੇ ਹਨ।
मैं समुची टीआरटीसी वालों मुख मेहमान साहब जी का आप सब जी का इतने पहुंचने के हार्दिक स्वागत करता हूँ। आप जी को निघा जिया आखदा हाँ। अज बैच नंबर 258 दे कुल 412 रिव्यू सारे पतवंते सज्जनों प्रेस तो आए हुए सारे मैंबर साहबान विशेष तौर पर इतने पहुंचे जो पास आउट होकर जा रहे ट्रेनी सन उन्होंने पेरेंट्स और रिश्तेदार अज साढ़े सारिया बहुत ही खुशी की गल है कि पंजाब पुलिस के 414 तैयारबर तैयार जवान शामिल हो जा रहे हैं जो इन्हों सिखलाई मियाद इन्हों की पासिंग आउट परेड के प्रदर्शित होया है उसको देख के मैं बहुत ही खुशी हुई है और मैं ये महसूस होया है कि जो ट्रेनिंग पिछले 9 महीनों के दौरान टीआरटीसी जहानखेड़ा के इन्होंने ग्रहण की है वो बहुत ही सार्थक सुचारू और मायने खेल रही है। सलामी मंच के अगों से गुजरता है पलटून नंबर 6 कमान संभाली है और 840 संगरूर पलटून नंबर 4 मंच के सामने गुजरती हुई कमान कर रहे हैं रॉबिनप्रीत सिंह 670 जीआरपी शानदार शानदार जबरदस्त मार्च पास का पलटून नंबर 5 मंच के अगो गुजरते हुए जिसकी अगुवाई कर रहे हैं आकाशदीप सिंह 699 संगरूर पलटून नंबर 6 जिसकी अगुवाई कर रहे हैं अमनप्रीत 3600 बटाला